15 16 ਸਾਲ ਪਹਿਲਾਂ ਹੁਣ ਤਾਂ ਮੇਰਾ ਟਾਬਾ ਬਹੁਤ ਵਧੀਆ ਬਣ ਗਏ ਪਹਿਲਾਂ ਤਾਂ ਐਵੇਂ ਹੁੰਦਾ ਸੀ ਕਿ ਟੁੱਟੇ ਫੁੱਟੇ ਟੁੱਟੀਆਂ ਕੁਰਸੀਆਂ ਮੈਂ ਝਾੜੂ ਮਾਰ ਰਹੀ ਸੀ ਆਪਣੇ ਟਾਬੇ ਦੇ ਬਾਹਰ ਕੱ ਲਈ ਮੇਰੇ ਸਾਹਮਣੇ ਇੱਕ ਐਕਸੀਡੈਂਟ ਹੋਇਆ ਦੋ ਮੁੰਡੇ ਇੱਕ ਟਰੱਕ ਵਾਲੇ ਨੇ ਕੁਚਲਦੇ ਉਹਨਾਂ ਦੀ ਦੋਨਾਂ ਲੱਤਾਂ ਤੋਂ ਟਰੱਕ ਨਿਕਲ ਗਿਆ ਦੋਨਾਂ ਨੇ ਹੈਲਮਟ ਪਾਏ ਹੋਏ ਤੇ ਉਹ ਵਿਚਾਰੇ ਇੱਕ ਫਰਿਆਦ ਕਰ ਰਹੇ ਲੋਕਾਂ ਨੂੰ ਜਿਵੇਂ ਕਹਿੰਦੇ ਨਾ ਹਮ ਤੁਮੇ ਚਾਹਤੇ ਹਨ ਐਸੇ ਮਰਨੇ ਵਾਲਾ ਕੋਈ ਜ਼ਿੰਦਗੀ ਚਾਹਤਾ ਹੋਏ ਐਸੇ ਵਿਚਾਰੇ ਹੱਥ ਜੜ ਰਹੇ ਲੋਕਾਂ ਕਹਿੰਦੇ ਵੀ ਆ ਸਾਨੂੰ ਕੋਈ ਹਸਪੀਟਲ ਲੈ ਜਾਓ ਮੇਰੇ ਸਾਹਮਣੇ ਹੋਇਆ ਬਿਲਕੁਲ ਮੈਂ ਝਾੜੂ ਮਾਰਦੇ ਮੇਰੇ ਕੋਲ ਉਸ ਵਕਤ ਇੱਕ ਟੋਟਾ ਜਿਹਾ ਸਕੂਟਰ ਹੁੰਦਾ ਸੀਗਾ ਮੈਂ ਭੱਜਿਆ ਬਚਿਆ ਗਿਆ ਤੇ ਮੈਂ ਜਾ ਕੇ ਉਹਨੂੰ ਤਾਂ ਫੜਫੜ ਹੈਲਮਟ ਖੋਲਿਆ ਖੂਨ ਨੋ ਖੂਨ ਹੋ ਗਈ ਉਹਦੇ ਲੱਤਾਂ ਜਦੋਂ ਕਿ ਉੱਥੋਂ ਦੀ ਹਸਪੀਟਲ ਸਿਰਫ 1 ਕਿਲੋਮੀਟਰ ਤੇ ਸੀਗਾ ਤੇ ਗੱਡੀਆਂ ਆ ਰਹੀਆਂ ਨੇ ਜਾ ਰਹੀਆਂ ਨੇ ਲੋਕੀ ਉਹਨੂੰ ਦੇਖ ਰਹੇ ਓਹ ਹੋ ਉਹ ਮਰ ਗਿਆ ਉਹ ਸੈਡ ਰਹੀ ਰਬਾ ਮੈਂ ਇੱਕ ਗੱਡੀ ਨੂੰ ਰੋਕਿਆ ਮੈਂ ਕਿਹਾ ਭਾਈ ਸਾਹਿਬ ਇਹਨਾਂ ਨੂੰ ਹਸਪੀਟਲ ਛੱਡ ਦੋ ਸਾਹਮਣੇ ਹਸਪੀਟਲ ਹੈ ਉਹ ਕੰਨ ਨਾ ਜਨ ਅਸੀਂ ਛੱਡਦੇ ਇੱਕ ਗੱਡੀ ਹੋਰ ਆ ਰਹੀ ਮੇਰੇ ਉਹਨਾਂ ਦੇ ਪਿੱਛੋਂ ਦੀ ਉਹਦੇ ਚ ਇੱਕ ਮੀਆਂ ਬੀਬੀ ਬੈਠੇ ਉਹਨਾਂ ਨੇ ਗੁਰਬਾਣੀ ਲਗਾ ਰੱਖੀ ਪਾਪ ਨਾ ਕਰ ਬੰਦਿਆ ਹੈ ਨਾ ਗੁਰਬਾਣੀ ਆਪ ਨਾ ਕਰ ਬੰਦਿਆ ਉਹ ਵਾਲੀ ਮੈਂ ਉਹਨਾਂ ਨੂੰ ਕਿਹਾ ਮੈਂ ਕਹਿੰਦਾ ਅੰਕਲ ਜੀ ਆ ਸਾਹਮਣੇ ਹਸਪੀਟਲ ਹੈ ਇਹਨਾਂ ਨੂੰ ਦੋਨੋਂ ਨੂੰ ਬਿਠਾ ਲਓ ਆਪਣੀ ਗੱਡੀ 'ਚ ਮੈਂ ਆਪਣਾ ਚੱਕਵਾ ਕੇ ਰਖਵਾ ਦੇਣਾ ਕੀ ਆ ਖੂਨ ਲੱਗ ਜਾਏਗਾ ਤੁਹਾਡੀ ਸੀਟਾਂ ਤੇ 100 150 ਰੁਪਏ ਵਿੱਚੋਂ ਸਾਫ਼ ਹੋ ਜਾਣਾ ਮਗਾ ਨੈ ਜੇ ਨਹੀਂ ਸਾਨੂੰ ਬਹੁਤ ਨਾਲ ਲੱਗਦਾ ਜੀ ਅਸੀਂ ਨਹੀਂ ਪੈਂਦੇ ਇਸ ਤਰ੍ਹਾਂ ਦੇ ਚਮੇਲਿਆਂ ਦੇ ਵਿੱਚ ਮੈਂ ਕਿਹਾ ਤੁਸੀਂ ਗੁਰਵਾਨੀ ਲਗਾ ਰੱਖੀ ਆ ਪਾਪ ਨਾ ਕਰ ਬੰਦੇ ਆ ਇਸ ਤੋਂ ਵੱਡਾ ਪਾਪ ਕੀ ਹੋ ਸਕਦਾ ਕਿ ਤੁਸੀਂ ਇੱਕ ਮਰਦਿਆ ਨੂੰ ਛੱਡ ਕੇ ਜਾ ਰਹੇ ਹੋ ਉਹ ਚਲੇ ਗਏ ਜੀ 20 ਮਿੰਟ ਉਹ ਦੋਨੋਂ ਲੜਕੇ ਉੱਥੇ ਤੜਫਦੇ ਰਹੇ ਮੇਰੇ ਸਾਹਮਣੇ ਮੈਂ ਚਾਹ ਕੇ ਵੀ ਉਹਨਾਂ ਦੀ ਹੈਲਪ ਨਹੀਂ ਕਰ ਸਕਿਆ ਮੇਰੇ ਸਾਹਮਣੇ ਮਰ ਗਏ ਦੋਨੋਂ ਔਰ ਮੈਨੂੰ ਐਸਰਾ ਦਾ ਝੜਕਾ ਲੱਗਿਆ ਨਾ ਜ਼ਿੰਦਗੀ 'ਚ ਉਹ ਮੈਂ ਸੋਚਿਆ ਸੀ ਮੈਂ ਕਿ ਜੇ ਕਿਤੇ ਪਰਮਾਤਮਾ ਨੇ ਚਾਰ ਪੈਰ ਜਿੱਥੇ ਨਾ ਆਪਾਂ ਐਂਬੂਲੈਂਸ ਪਾਣੀ ਆ ਮੈਂ ਸਾਲ ਕੁਛ 1.5-2 ਲੱਖ ਰੁਪਏ ਇਕੱਠਾ ਕੀਤਾ ਫੇਰ ਮੈਂ ਲੋਨ ਕਰਾਈ ਇੱਕ ਐਂਬੂਲੈਂਸ ਓਮਨੀ 479 ਨੰਬਰ ਸੀ ਉਹਦਾ ਮੈਨੂੰ ਅੱਜ ਵੀ ਯਾਦ ਹੈ ਉਹ ਫਿਰ ਮੈਂ ਐਂਬੂਲੈਂਸ ਲਈਤੀ ਹਾਲੇ ਮੈਨੂੰ ਜਦ ਮੈਂ ਲੈ ਤਾਂ ਲਈਤੀ ਫਿਰ ਉਸ ਤੋਂ ਬਾਅਦ ਚਾਹੁੰਦਾ ਮੈਨੂੰ ਹਾਲੇ ਆਪਣੇ ਟਾਬੇ ਦੀ ਐਨੀ ਟੈਨਸ਼ਨ ਨਹੀਂ ਹੁੰਦੀ ਸੀ ਜਿੰਨੀ ਐਂਬੂਲੈਂਸ ਦੀ ਹੁੰਦੀ ਸੀ ਸੋ ਮੈਂ ਜਿਹੜੇ ਵੀ ਮੈਨੇਜਰ ਰੱਖੇ ਸਭ ਡਰਾਈਵਰ ਹੋਣੇ ਚਾਹੀਦੇ ਆ ਮੇਰੇ ਟਾਬੇ ਦੇ ਘੜ ਤੋਂ ਘਟ ਵੀ 10 ਡਰਾਈਵਰ ਹਰ ਟਾਈਮ ਨੇ ਅੱਦੇ ਵੇਟਰਾਂ ਨੂੰ ਸਾੜੀਆਂ ਨੂੰ ਐਂਬੂਲੈਂਸ ਆਂਦੀ ਹੈ ਮੈਨੇਜਰਾਂ ਨੂੰ ਐਂਬੂਲੈਂਸ ਆਂਦੀ ਹੈ ਜਿਹੜਾ ਬੰਦਾ ਐਂਬੂਲੈਂਸ ਦੇ ਨੇੜੇ ਆ ਉਹ ਗੱਡੀ ਪਹਿਲਾਂ ਲੈ ਕੇ ਜਾਏਗਾ ਬਾਕੀ ਸਾਰੇ ਕੰਮ ਛੱਡ ਦਿਓ ਕੋਈ ਗੱਲ ਨਹੀਂ ਬਿੱਲ ਨਹੀਂ ਆਏਗਾ ਇੱਕ ਦੋ ਟੇਬਲਾਂ ਦਾ ਕਿਸੇ ਦੀ ਜਾਨ ਬਚਦੀ ਹੈ ਦੁਆਵਾਂ 'ਚ ਬਹੁਤ ਜਾਨ ਹੁੰਦੀ ਹੈ ਬਿਲਕੁਲ ਬਸ ਆ ਜੋ ਐਂਬੂਲੈਂਸ ਦੀ ਕਿਰਪਾ ਦੇਖੋ ਜੀ ਦੁਆ ਬਹੁਤ ਮੈਟਰ ਕਰਦੀ ਹੈ ਜਦੋਂ ਹਸਪੀਟਲ ਆ ਕੇ ਡਾਕਟਰ ਜਵਾਬ ਦੇ ਦਿੰਦੇ ਆ ਨਾ ਉਸ ਤੋਂ ਬਾਅਦ ਉਹ ਫਿਰ ਦਵਾਈ ਕਮਾਂਦੀ ਆ ਮੈਂ ਇਹ ਦਵਾਈਆਂ ਦੀ ਕਿਰਪਾ ਹੀ ਆ ਜੀ ਇਹ ਅੱਜ ਕਿੰਨੀ ਐਂਬੂਲੈਂਸ ਨੇ ਆਪਣੇ ਕੋਲ ਸਾਡੇ ਕੋਲ 3 ਹੈ ਜੀ ਹਜ਼ਾਰਾਂ ਡੈੱਡ ਬਾਡੀਆਂ ਦਾ ਸੰਸਕਾਰ ਪਤਾ ਨਹੀਂ ਮੈਂ 10000 ਤੋਂ ਵੀ ਅਸੀਂ ਜ਼ਿਆਦਾ ਲੋਕਾਂ ਨੂੰ ਹਸਪਤਾਲਾਂ ਚ ਲੈ ਕੇ ਗਏ ਹੋਵਾਂਗੇ ਕਾਇਲ ਲੋਕਾਂ ਨੂੰ ਉਹ ਮੇਰੇ ਖਿਆਲ ਉਹਨਾਂ ਦੇ ਵਿੱਚੋਂ ਦੀ 100 ਲੋਕ ਤਾਂ ਇਸ ਤਰ੍ਹਾਂ ਦੇ ਹੋਣਗੇ ਜਿਨ੍ਹਾਂ ਨੂੰ ਡਾਕਟਰਾਂ ਨੇ ਇਹ ਕਿਹਾ ਹੋਵੇਗਾ ਵੀ ਜੇ ਤੁਸੀਂ ਇਹਨਾਂ ਨੂੰ ਟਾਈਮ ਤੇ ਨਾ ਲੈ ਕੇ ਆਂਦੇ ਤਾਂ ਇਹਨਾਂ ਦੀ ਜਾਨ ਵੀ ਚਲੀ ਜਾਂਦੀ ਸੀ ਬੜੇ ਲੋਕੀ ਆਂਦੇ ਆ ਮੇਰੇ ਕੋਲ ਜੀ ਮੈਨੂੰ ਕਹਿੰਦੇ ਸਿੱਟੀ ਸਾਹਿਬ ਤੁਹਾਡੇ ਕਰਕੇ ਸਾਡਾ ਮੁੰਡਾ ਬਚ ਗਿਆ ਉਹ ਮੈਂ ਕਹਾਂ ਛੋਟੋ ਛੋਟੋ ਜੀ ਇਹ ਤਾਂ ਇੱਕ ਐਸਾ ਆਪਣੇ ਕਰਮ ਕਰ ਰਹੇ ਆ ਕੋਈ ਐਹਸਾਨ ਸੋਨ ਕੁਝ ਨਹੀਂ ਹੈ ਸੁਣਦੀਆਂ ਜਿਹੜੇ ਲੋਕੀ ਮੈਨੂੰ ਆਪਣੇ ਵਿਆਹ ਵਿੱਚ ਵੀ ਬੁਲਾਉਂਦੀਆਂ ਇਹ ਜਦੋਂ ਕਿ ਕੋਈ ਰਿਸ਼ਤਾ ਨਹੀਂ ਹੈ ਮੇਰਾ ਉਹਨਾਂ ਦੇ ਨਾਲ ਤੁਹਾਡਾ ਰਿਸ਼ਤਾ ਹੈਗਾ ਜੀ ਇਨਸਾਨੀਅਤ ਦਾ ਸਭ ਤੋਂ ਵੱਡਾ ਰਿਸ਼ਤਾ ਬਿਲਕੁਲ